ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम्स ਸਟੱਡੀ ਵੀਦ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 58 ਅਸਾਮੀਆਂ ਤੇ ਭਰਤੀ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਸੋ ਕਿਹੜੀ ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਵਿਸਤਾਰ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਪੋਸਟ ਜਿਹੜੇ ਆਈਆਂ ਨੇ ਡਾਕ ਵਿਭਾਗ ਦੇ ਵਿੱਚ ਤਾਮਿਲਨਾਡੂ ਸਰਕਲ ਦੇ ਅਧੀਨ ਵੱਖ-ਵੱਖ ਖੇਤਰਾਂ ਦੇ ਵਿੱਚ ਸਟਾਫ ਕਾਰ ਡਰਾਈਵਰ ਦੀਆਂ ਕੁੱਲ 58 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੋ 27 ਫਰਵਰੀ ਨੂੰ ਇਸ ਇਸ਼ਤਿਹਾਰ ਜਾਰੀ ਕੀਤਾ ਗਿਆ ਦੀ ਦੇ ਅਨੁਸਾਰ ਚਨਈ ਖੇਤਰ ਕੇਂਦਰੀ ਖੇਤਰ ਯਾਨੀ ਕਿ ਸੈਂਟਰ ਦਾ ਖੇਤਰ ਆ ਗਿਆ ਐਮਐਮਐਸ ਖੇਤਰ ਆ ਦੱਖਣੀ ਖੇਤਰ ਦੇ ਵਿੱਚ ਕੁੱਲ 58 ਸਟਾਫ ਕਾਰ ਡਰਾਈਵਰਾਂ ਦੀ ਭਰਤੀ ਹੈ ਜਿਹੜੀ ਕੀਤੀ ਜਾਣੀ ਹੈ ਇਹ ਭਰਤੀ ਵਿਭਾਗ ਜਨਰਲ ਸੈਂਟਰਲ ਸਰਵਿਸ ਦੇ ਵਿੱਚ ਗਰੁੱਪ ਸੀ ਦੇ ਤਹਿਤ ਕੀਤੀ ਜਾਣੀ ਹੈ ਇਹਦੇ ਲਈ ਪੇ ਮੈਟ੍ਰਿਕਸ ਪੱਧਰ ਹੈ ਜਿਹੜਾ 19963 200 ਰੁਪਏ ਤਨਖਾਹ ਅਸਕੇ ਲਾਗੂ ਪੱਤੇ ਨੇ ਜਿਹੜੇ ਉਹ ਦਿੱਤੇ ਜਾਣਗੇ ਸੋ ਵੈਬਸਾਈਟ ਜਰੂਰ ਨੋਟ ਕਰ ਲਓ indiapost.gov.in ਇਹ ਸਾਈਟ ਤੇ ਜਾ ਕੇ ਤੁਸੀਂ ਇਨ੍ਹਾਂ ਪੋਸਟਾਂ ਲਈ ਅਪਲਾਈ ਹੈ ਜਿਹੜਾ ਕਰ ਸਕਦੇ ਹੋ ਬਾਕੀ ਇਸ ਸਾਈਟ ਤੇ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਮਿਲ ਜਾਏਗਾ ਸੋ ਸਾਰਾ ਫਾਰਮ ਭਰਨਾ ਹੋਏਗਾ ਜੋ ਵੀ ਸਰਟੀਫਿਕੇਟ ਨੇ ਅਟੈਚ ਕਰਨੇ ਹੋਣਗੇ ਅਤੇ 31 ਮਾਰਚ 2023 ਨੂੰ ਸ਼ਾਮ 5 ਵਜੇ ਤੱਕ ਜੋ ਇਸ਼ਤਿਹਾਰ ਦੇ ਵਿੱਚ ਪਤਾ ਦਿੱਤਾ ਹੈ ਤੇ ਇਹਦੇ ਵਿੱਚ ਤੁਹਾਨੂੰ ਇਹ ਜਮਾ ਜਿਹੜਾ ਕਰਵਾਉਣਾ ਹੋਏਗਾ ਸੋ ਆਨਲਾਈਨ ਵੀ ਭਰ ਸਕਦੇ ਹੋ ਆਫਲਾਈਨ ਭਰ ਸਕਦੇ ਹੋ ਸੋ ਅੱਜ ਕੱਲ੍ਹ ਹਰ ਕੋਈ ਆਨਲਾਈਨ ਜਿਹੜਾ ਫਾਰਮ ਅਪਲਾਈ ਕਰਦਾ ਹੈ ਅਰਜੀ ਫੀਸ ਹੈ ਜਿਹੜੀ ਇਹਦੇ ਵਿੱਚ 100 ਰੁਪਏ ਹੈ ਐਸਸੀ ਐਸਟੀ ਉਮੀਦਵਾਰ ਜਿਹੜੋਂ ਮਹਿਲਾ ਨੇ ਤਾਂ ਉਹਨਾਂ ਨੂੰ ਕੋਈ ਫੀਸ ਨਹੀਂ ਜਿਹੜੀ ਇਹਦੇ ਵਿੱਚ ਰੱਖੀ ਗਈ। ਤਾਂ ਜੋ ਵੀ ਉਮੀਦਵਾਰ ਇਹਦਾ ਪੋਸਟਾਂ ਤੇ ਅਪਲਾਈ ਕਰਨਾ ਚਾਹੁੰਦੇ ਆ ਅਪਲਾਈ ਕਰ ਸਕਦੇ ਆ। ਸੋ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਜੀ।